ਬਾਬਰ ਨੂੰ ਜਾਬਰ ਕਹਿਣ ਦੀ ਸੋਚ ਤੇ ਪਹਿਰਾ ਦਿੰਦਿਆਂ ਦੂਜਿਆਂ ਨੂੰ ਤੜ ਰੱਖਣ ਅਤੇ ਬੜਕਾਂ ਮਾਰਨ ਦੀ ਨਸੀਹਤ ਦੇ ਰਿਹਾ ਅਪਗ੍ਰੇਡ ਸਾਧ ਕਿ ਖੁਦ ਸੱਚ ਬੋਲਣ ਦੀ ਹਿੰਮਤ ਰੱਖਦਾ ਹੈ। ਦੂਜਿਆਂ ਵਿੱਚ ਬੋਲਣ ਦੀ ਤੜ ਲੱਭ ਰਹੇ ਇਸ ਅਪਗ੍ਰੇਡ ਸਾਧ ਨੇ ਕਿਸ ਮਸਲੇ ਤੇ ਖੁਦ ਤੜ ਵਿਖਾਈ ਕੀ ਦੱਸੇਗਾ। ਦੂਜਿਆਂ ਨੂੰ ਨਸੀਹਤ ਅਤੇ ਖੁਦ ਮੀਆਂ ਫਜੀਹਤ ਵਾਲੀ ਇਹ ਸ਼ਖਸੀਅਤ ਇਸ ਤਰ੍ਹਾਂ ਦਾ ਗਿਆਨ ਅੱਜ ਕੱਲ ਖੁੱਲ ਕੇ ਵੰਡ ਰਹੀ। ਇਸ ਕਿੱਸਾ ਗੋਈ ਦਾ ਕੋਈ ਆਧਾਰ ਨਹੀਂ, ਪਰ ਅਪਗ੍ਰੇਡ ਸਾਧ ਇੱਕ ਚੰਗਾ ਕਿੱਸਾ ਗੋਹ ਤੋਂ ਵੱਧ ਕੁਝ ਵੀ ਨਹੀਂ, ਜੋ ਖੁਦ ਮਨੁੱਖਤਾ ਦੇ ਝੁੱਲੇ ਕਿਸੇ ਜ਼ੁਲਮ ਜਾਂ ਸਰਕਾਰਾਂ ਦੇ ਕਿਸੇ ਗਲਤ ਫੈਸਲੇ ਨੂੰ ਭੰਡਣ ਦੀ ਆਪਣੇ ਵੱਲੋਂ ਵਿਖਾਈ ਕਿਸੇ ਜੁਰਤ ਦੀ ਮਿਸਾਲ ਦਿੰਦਾ ਤਾਂ ਗੱਲ ਹੋਰ ਸੀ, ਪਰ ਗੱਲਾਂ ਦੇ ਮਹਿਲ ਉਸਾਰਨ ਵਿੱਚ ਮਾਹਿਰ ਅਪਗ੍ਰੇਡ ਸਾਧ ਦੇ ਪੱਲੇ ਅਜਿਹਾ ਕੋਈ ਅਮਲ ਨਹੀਂ, ਬਸ ਗੱਲਾਂ ਹੀ ਹਨ। ਉਹ ਗੁਰੂ ਨਾਨਕ ਦੇਵ ਜੀ ਦੇ ਜਾਬਰ ਦੇ ਜਬਰ ਖਿਲਾਫ਼ ਬੋਲਣ ਦੀ ਹਿੰਮਤ ਰੱਖਣ ਦੇ ਹੋਣ ਦੀ ਦਲੀਲ ਦੇ ਆਧਾਰ ਉੱਪਰ ਜਬਰ ਖਿਲਾਫ਼ ਇਸ ਵੇਲੇ ਕਿਸੇ ਦੇ ਮੂੰਹ ਨਾ ਖੋਲ ਸਕਣ ਦਾ ਵਿਖਿਆਨ ਕਰ ਰਿਹਾ ਹੈ, ਪਰ ਉਹ ਖੁਦ ਕਿੰਨੇ ਪਾਣੀ ਵਿੱਚ ਹੈ ਇਹ ਹਾਲ ਹੀ ਵਿੱਚ ਵਾਪਰੇ ਘਟੇ ਕੁਝ ਮਾਮਲੇ ਸਾਫ਼ ਕਰ ਦੇਣਗੇ, ਜਿਸ ਬਾਰੇ ਇਸ ਅਪਗ੍ਰੇਡ ਸਾਧ ਦੇ ਮੂੰਹੋਂ ਕਦੇ ਦੋ ਸ਼ਬਦ ਵੀ ਨਹੀਂ ਸੁਣੇ ਹੋਣਗੇ। ਜਾਬਰ ਦੇ ਖਿਲਾਫ ਤੜ ਰੱਖਣ ਦੀਆਂ ਦੂਜਿਆਂ ਨੂੰ ਮਤਾਂ ਦੇ ਰਿਹਾ ਇਹ ਸਾਧ ਸਰਕਾਰਾਂ ਦੇ ਸਾਹਮਣੇ ਨਤਮਸਤਕ ਹੈ, ਦੋ ਸ਼ਬਦ ਬੋਲਣ ਦੀ ਵੀ ਹਿੰਮਤ ਨਹੀਂ ਰੱਖਦਾ। ਜ਼ਿਆਦਾ ਪਿੱਛੇ ਨਾ ਵੀ ਜਾਈਏ ਤਾਂ ਹਾਲ ਹੀ 'ਚ ਵਾਪਰੇ ਕੁਝ ਘਟਨਾਕ੍ਰਮ ਲੈ ਲਵੋ। ਹਾਲ ਹੀ 'ਚ ਦਿੱਲੀ 'ਚ ਹੋਏ ਦੰਗਿਆਂ ਦਰਮਿਆਨ ਘੱਟ ਗਿਣਤੀ ਭਾਈਚਾਰੇ ਮੁਸਲਿਮ ਨਾਲ ਜੋ ਘਟਿਆ ਵਾਪਰਿਆ ਉਸ ਬਾਰੇ ਇੱਕ ਵੀ ਸ਼ਬਦ ਮੂੰਹੋਂ ਨਾ ਕੱਢਣ ਵਾਲਾ ਇਹ ਸਾਧ ਕਿਸ ਆਧਾਰ 'ਤੇ ਜਬਰ ਖਿਲਾਫ਼ ਬੋਲਣ ਦੀ ਦੂਜਿਆਂ ਨੂੰ ਮਤ ਦੇਣ ਦਾ ਅਖਤਿਆਰ ਰੱਖਦਾ ਹੈ। ਰਣਜੀਤ ਬਾਵਾ ਨੇ ਆਪਣੇ ਗੀਤ 'ਚ ਗਊ ਮੂਤਰ ਦਾ ਜ਼ਿਕਰ ਛੇੜਿਆ ਤਾਂ ਹਿੰਦੂ ਤਵੀ ਧਿਰਾਂ ਬਾਵਾ ਖਿਲਾਫ਼ ਮਿੱਤਰ ਆਈਆਂ ਅਤੇ ਸਾਧ ਵੀ ਉਹੀ ਭਾਸ਼ਾ ਬੋਲਦਾ ਹੈ। ਉਹ ਪੰਜਾਬ ਵਿੱਚ ਸੜਕਾਂ 'ਤੇ ਮੌਤ ਵੰਡ ਰਹੇ ਅਵਾਰਾ ਪਸ਼ੂਆਂ ਬਾਰੇ ਕਦੇ ਦੋ ਬੋਲ ਨਹੀਂ ਬੋਲ ਸਕਿਆ, ਜਿਨ੍ਹਾਂ ਕਰਕੇ ਸੈਂਕੜੇ ਲੋਕ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ। ਪਿਛਲੇ 30 ਮਹੀਨਿਆਂ ਦਾ ਡਾਟਾ ਹੈ ਕਿ 300 ਮੌਤਾਂ ਸੜਕਾਂ 'ਤੇ ਘੁੰਮਦੇ ਅਵਾਰਾ ਪਸ਼ੂਆਂ ਨਾਲ ਹੋਈਆਂ ਅਤੇ ਸਾਲ 2018 ਵਿੱਚ ਹੀ 114 ਮੌਤਾਂ ਹੋ ਚੁੱਕੀਆਂ ਹਨ। ਇਹ ਮਸਲਿਆਂ 'ਤੇ ਅਪਗ੍ਰੇਡ ਸਾਧ ਵਿੱਚ ਕਦੋਂ ਬੋਲਣ ਦੀ ਧੜ ਆਵੇਗੀ, ਜਾਂ ਕੀ ਉਹ ਨਿੱਕਰ ਧਾਰੀਆਂ ਵਾਂਗ ਮਨੁਵਾਦੀ ਸੋਚ ਦਾ ਹੀ ਧਾਰਨੀ ਹੈ ਅਤੇ ਗਊ ਪੂਜਾ ਦੇ ਟਕਵੰਜ ਵਿੱਚ ਗ੍ਰਸਤ ਉਹ ਇਸ ਮਾਮਲੇ ਬਾਰੇ ਮੂੰਹ ਨਹੀਂ ਖੋਲਦਾ, ਉਹਦਾ ਗਊ ਮੂਤਰ ਬਾਰੇ ਵੀ ਆਪਣਾ ਗਿਆਨ ਅਤੇ ਵਿਖਿਆਨ ਦੇ ਰਿਹਾ ਹੈ, ਗਊ ਮੂਤਰ ਦੀ ਸ਼ੁੱਧਤਾ ਨੂੰ ਸਾਬਤ ਕਰਨ ਤੇ ਤੁਲਿਆ ਹੋਇਆ ਹੈ। ਹੁਣ ਜੇ ਗਊ ਦਾ ਮੂਤ ਸ਼ੁੱਧ ਕੋਈ ਮੰਨਦਾ ਤੇ ਲੱਖ ਵਾਰੀ ਮੰਨੇ, ਪ੍ਰੋਬਲਮ ਕੀ ਹੈ? ਦਵਾਈਆਂ ਦੇ ਵਿੱਚ ਹੁਣ ਸੈਨੇਟਾਈਜ਼ਰ ਜਿਹੜਾ ਬਣਦਾ ਇਹਦੇ ਵਿੱਚ ਤੇ ਅਲਕੋਹਲ ਪੈਂਦੀ ਹੈ, ਸ਼ਰਾਬ ਦਾ ਜਿਹੜੇ ਪੈਣ ਵਾਲੀ ਅਲਕੋਹਲ ਇਹਦੇ 'ਚ ਵੀ ਪੈਂਦੀ ਹੈ ਤੇ ਪਤਾ ਨਹੀਂ ਕਿੱਥੇ ਕਿੱਥੇ ਮੰਨਿਆ ਜਾਂਦਾ ਹੋਏਗਾ ਕੋਈ ਕਈ ਚੀਜ਼ਾਂ ਜਿਹੜੀਆਂ ਜ਼ਹਿਰ ਤੱਕ ਵੀ ਸੱਪ ਦੀ ਜ਼ਹਿਰ ਵੀ ਦਵਾਈਆਂ 'ਚ ਪੈਂਦੀ ਹੈ, ਇਦਾਂ ਹੁੰਦਾ ਹੈ। ਤੇ ਗਊ ਦਾ ਮੂਤ ਲਿਖਿਆ ਇਹਨਾਂ ਨੇ ਸ਼ੁੱਧ ਮੰਨਦਾ ਜਿਹੜਾ ਬੰਦਾ ਲੱਖ ਵਾਰੀ ਮੰਨੀ ਜਾਵੇ, ਜਿਹੜਾ ਮੰਨਦਾ ਮੰਨੇ। ਅਪਗ੍ਰੇਡ ਸਾਧ ਤਾਂ ਗਊ ਮੂਤਰ ਦੀ ਸ਼ੁੱਧਤਾ ਦਾ ਪੈਮਾਨਾ ਸੁਣਾਕ ਹੈ, ਪਰ ਅਮਰੀਕੀ ਐਸੋਸੀਏਸ਼ਨ ਫਾਰ ਐਡਵਾਂਸਮੈਂਟ ਆਫ ਸਾਇੰਸ ਇਸ ਤਰਕ ਨੂੰ ਬੇਬੁਨਿਆਦ ਕਰਾਰ ਦੇ ਚੁੱਕੀ ਹੈ ਕਿ ਗਾਂ ਮੂਤਰ ਦੇ ਇਲਾਜ ਨਾਲ ਕੋਈ ਇਲਾਜ ਹੋ ਸਕਦਾ ਹੈ। ਇਹਨਾਂ ਨੇ ਇਸ ਮਿਥ ਨੂੰ ਤੋੜਿਆ ਹੈ ਅਤੇ ਬੇਫਸੂਰ ਦੱਸਿਆ ਸੀ। ਮੈਕਸ ਹਸਪੀਟਲ ਦੇ ਮਾਹਿਰ ਡਾਕਟਰ ਵਿਕਾਸ ਗੋਸਵਾਮੀ ਨੇ ਵੀ ਸਾਧਵੀ ਪ੍ਰਗਿਆ ਠਾਕੁਰ ਦੇ ਗਊ ਮੂਤਰ ਨਾਲ ਕੈਂਸਰ ਠੀਕ ਹੋਣ ਦੀ ਮਿਥ ਦੀ ਹਵਾ ਕੱਢੀ ਸੀ, ਪਰ ਅਪਗ੍ਰੇਡ ਸਾਧ ਦੀ ਦਲੀਲ ਸਮਝ ਤੋਂ ਬਾਹਰ ਹੈ ਤਾਂ ਇਹ ਵੀ ਸਾਬਿਤ ਹੋ ਰਿਹਾ ਕਿ ਇਹ ਵੀ ਇਸੇ ਸੋਚ ਦਾ ਧਾਰਨੀ ਹੈ। ਇਸ ਦਾ ਪੂਰਾ ਗਿਆਨ ਵਿਖਿਆਨ ਕਢਵਾ ਕੇ ਸੁਣ ਵਿਚਾਰ ਲਵੋ। ਮੁਲਕ ਵਿੱਚ 2014 ਤੋਂ ਬਾਅਦ ਜੋ ਘੱਟ ਵਾਪਰ ਰਿਹਾ ਹੈ, ਹਜੂਮੀ ਕਤਲਾਂ ਦੀਆਂ ਵਾਰਦਾਤਾਂ ਤੋਂ ਲੈ ਕੇ ਬੀ ਬੈਨ, ਮੁਸਲਿਮ ਦਲਿਤ ਉੱਪਰ ਜ਼ੁਲਮ ਢਾਉਂਦੇ ਮਾਰ ਮਕਾਉਂਦੇ ਅਖੌਤੀ ਗਊ ਰੱਖਿਅਕ ਖਿਲਾਫ਼ ਇਸ ਦੀ ਜ਼ੁਬਾਨ ਕਿਉਂ ਸੀ ਪਜਾਂਦੀ ਹੈ? ਪੂਰੀ ਦੁਨੀਆ ਵਿੱਚ ਮਨੁੱਖੀ ਅਧਿਕਾਰ ਜਥੇਬੰਦੀਆਂ ਇਸ ਖਿਲਾਫ਼ ਆਵਾਜ਼ ਬੁਲੰਦ ਕਰ ਚੁੱਕੀਆਂ ਹਨ, ਪਰ ਗੁਰੂ ਨਾਨਕ ਦੇਵ ਜੀ ਵੱਲੋਂ ਬਾਬਰ ਨੂੰ ਜਾਬਰ ਦੱਸਣ ਦੀਆਂ ਦਲੀਲਾਂ ਦੇਣ ਵਾਲਾ ਇਹ ਅਪਗ੍ਰੇਡ ਸਾਧ ਕੀ ਇਸ ਜ਼ੁਲਮ ਖਿਲਾਫ਼ ਦੋ ਸ਼ਬਦ ਵੀ ਬੋਲਣ ਜੋਗਾ ਨਹੀਂ? ਨਾਗਰਿਕਤਾ ਸੋਧ ਕਾਨੂੰਨ ਵਿੱਚ ਇੱਕ ਧਰਮ ਵਿਸ਼ੇਸ਼ ਨੂੰ ਹੀ ਵਿਸਾਰ ਦਿੱਤਾ ਗਿਆ। ਪੂਰੇ ਮੁਲਕ ਵਿੱਚ ਰੋਸ ਮੁਜ਼ਾਹਰੇ ਹੋਏ, ਸ਼ਾਹੀਨ ਬਾਗ ਮਹੀਨਿਆਂ ਤੱਕ ਧਰਨਾ ਚੱਲਿਆ, ਸਰਕਾਰ ਦੇ ਇਸ ਫੈਸਲੇ ਖਿਲਾਫ਼ ਹਰ ਜਾਗਦੀ ਅੱਖ ਨੇ ਹਾਂ ਦਾ ਨਾਰਾ ਮਾਰਿਆ, ਪਰ ਅਪਗ੍ਰੇਡ ਸਾਧ ਇਸ ਬਾਰੇ ਇੱਕ ਵੀ ਸ਼ਬਦ ਨਹੀਂ ਬੋਲ ਸਕਿਆ ਅਤੇ ਉਸਦੀ ਸਾਜ਼ਿਸ਼ ਚੁੱਪ ਇਸ ਪਾਸੇ ਇਸ਼ਾਰਾ ਕਰਦੀ ਹੈ। ਮੁਲਕ ਵਿੱਚ ਇਸ ਵੇਲੇ ਘੱਟ ਗਿਣਤੀ ਭਾਈਚਾਰੇ ਦੀ ਰੱਖਿਆ ਨੂੰ ਲੈ ਕੇ ਸੰਸੇ ਹਨ, ਫਿਰਕਾ ਪ੍ਰਸਤੀ ਦੇ ਲਾਂਬੂ ਲਾਏ ਜਾ ਰਹੇ ਹਨ, ਇੱਥੋਂ ਤੱਕ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਮੀਰ SGPC ਜਿਨ੍ਹਾਂ ਨੂੰ ਇਹ ਸਰਕਾਰੀ ਦੱਸਦਾ ਹੈ, ਉਹ RSS ਖਿਲਾਫ਼ ਬੋਲਣ ਦੀ ਹਿੰਮਤ ਰੱਖਦੇ ਹਨ, ਤਾਂ ਉਹ RSS ਦੇ ਖਿਲਾਫ਼ ਅੱਜ ਤੱਕ ਇੱਕ ਵੀ ਸ਼ਬਦ ਬੋਲਿਆ ਹੋਵੇ ਤਾਂ ਦੱਸੇ, ਜਾਂ ਫਿਰ ਇਸ ਗੱਲ ਦਾ ਜਵਾਬ ਦੇਵੇ ਕਿ ਅਸਲ ਸਰਕਾਰੀ ਕੌਣ ਹੈ। ਅਕਾਲੀ ਦਲ
ਬਾਦਲਾਂ ਦੀ ਸਰਕਾਰ ਵੇਲੇ ਵਾਪਰੇ ਬਹਿਬਲ ਕਲਾ ਤੇ ਕੋਟਕਪੁਰਾ ਗੋਲੀਕਾਂਡ ਦੌਰਾਨ ਇਨਸਾਫ਼ ਲਈ ਧਰਨਾ ਲਾਉਣ ਤੋਂ ਬਾਅਦ ਇਸ ਅਪਗ੍ਰੇਡ ਸਾਧ ਨੇ ਕਿ ਮੁੜ ਤੋਂ ਬੇਦੋਸ਼ੀ ਸਿੱਖਾਂ ਦੇ ਕਤਲ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਇਨਸਾਫ਼ ਮੰਗਿਆ। ਕੀ ਉਸਨੇ ਕਦੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਉਹ ਸਿੱਖਾਂ ਨੂੰ ਇਨਸਾਫ਼ ਦੇਵੇ? ਤਾਂ ਕੀ ਅਪਗ੍ਰੇਡ ਸਾਧ ਸਰਕਾਰੀ ਸਰਪ੍ਰਸਤੀ ਦਾ ਨਿੱਘ ਮਾਣ ਰਿਹਾ ਹੈ ਅਤੇ ਇਸ ਨਿੱਘ ਦਰਮਿਆਨ ਉਹ ਸਰਕਾਰ ਤੋਂ ਅੱਖਾਂ ਵਿੱਚ ਅੱਖਾਂ ਪਾ ਕੇ ਸਵਾਲ ਕਰਨ ਦੀ ਹੈਸੀਅਤ ਵਿੱਚ ਨਹੀਂ ਹੈ? ਸਰਕਾਰੀ ਸੁਰੱਖਿਆ ਵਿੱਚ ਸਮਾਗਮ ਕਰਕੇ ਉਸਦੀ ਸਰਕਾਰੀ ਸਰਪ੍ਰਸਤੀ ਸਾਬਤ ਹੋ ਚੁੱਕੀ ਹੈ। ਬਾਬਰ ਨੂੰ ਜਾਬਰ ਦੱਸਣ ਵਾਲੀ ਸੋਚ ਤੇ ਉਹ ਖੁਦ ਕਿਉਂ ਨਹੀਂ ਪਹਿਰਾ ਦਿੰਦਾ? ਸਰਕਾਰਾਂ ਨੂੰ ਉਸਨੇ ਕਦੋਂ ਖੁਦ ਸਵਾਲ ਪੁੱਛਿਆ? ਘੱਟ ਗਿਣਤੀਆਂ ਦੇ ਹੱਕ ਵਿੱਚ ਕਦੋਂ ਹਾਂ ਦਾ ਨਾਰਾ ਮਾਰਿਆ? ਉਹ ਸਰਕਾਰੀ ਸ਼ਹਿ ਉੱਪਰ ਐਸਜੀਪੀਸੀ ਦੇ ਨੁਮਾਇੰਦਾ ਸਿੱਖ ਸੰਸਥਾਵਾਂ ਖਿਲਾਫ ਬੋਲਦਾ ਹੈ? ਹਰਨਾਮ ਸਿੰਘ ਧੁੰਮੇ ਖਿਲਾਫ ਆਪਣੀ ਨਿੱਜੀ ਕਿੜ ਕੱਢਦਾ ਹੈ, ਪਰ ਮੌਕੇ ਦੀਆਂ ਸਰਕਾਰਾਂ ਨਾਲ ਕਦਮ ਤਾਲ ਮਿਲਾਉਂਦਿਆਂ ਉਸਦੇ ਮੂੰਹੋਂ ਹੁੰਦੇ ਅਨਿਆਂ ਖਿਲਾਫ ਦੋ ਸ਼ਬਦ ਵੀ ਨਹੀਂ ਨਿਕਲਦੇ। ਜੇ ਖੁਦ ਜਬਰ ਦੇ ਖਿਲਾਫ ਬੋਲਣ ਦੀ ਜ਼ਰੂਰਤ ਨਹੀਂ ਰੱਖਦਾ ਤਾਂ ਫਿਰ ਦੂਜਿਆਂ ਨੂੰ ਮਤ ਕਿਉਂ? ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।